ਮੈਂ ਲੱਗਦਾ ਮੇਰੇ 6-7 ਡਾਇਲੋਗ ਆ, 8 ਡਾਇਲੋਗ ਆ, ਉਹ 2 ਦਿਨਾਂ 'ਚ ਕੀਤੀ ਆ ਮੈਂ ਉਹ। ਮੈਨੂੰ ਸਾਰੇ ਕਹਿੰਦੇ ਹੁੰਦੇ ਵੀ ਇਹ ਬੜੀ ਛੇਤੀ ਕੱਟ ਜਾਂਦਾ, ਬੜੀ ਛੇਤੀ ਕਰ ਜਾਂਦਾ, ਅਤੇ ਉਹ 8 ਡਾਇਲੋਗ ਮੇਰੇ ਤੋਂ 2 ਦਿਨਾਂ 'ਚ ਹੋਏ। ਕਾਰਨ ਬਸ ਦੇਖ ਕੇ ਹੀ ਪਤਾ ਲੱਗਣਾ। ਭਾਈ ਮੈਨੂੰ ਕਹਿੰਦੇ ਸੀ ਵੀ ਤੇਰੀ ਜ਼ਿੰਦਗੀ ਦਾ ਵਾਰਨਿੰਗ ਮਿਲੇ, ਵੀ ਕਿਹਾ ਸੀ ਵੀ ਇਹਦੀ ਜ਼ਿੰਦਗੀ ਦਾ ਖਤਰਨਾਕ ਕਰੈਕਟਰ ਆ, ਔਰ ਉਹ ਸੱਚੀ ਵੀ ਉਹ ਉਹ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਵੀ ਹੋਰ ਕੋਈ ਇਦੋਂ ਵੱਡਾ ਕੋਈ ਕਰੈਕਟਰ ਕਰ ਪਾਉਂਦਾ। ਮੈਂ ਪੰਮੇ ਪੁੰਮੇ ਵਰਗੇ ਤਾਂ ਚੱਲਦੇ ਰਹਿਣੇ, ਪਰ ਉਹ ਜੋ ਇਹ ਕਰੈਕਟਰ ਹੈ ਜੋ ਇਹ ਬਾਈ ਜੀ ਨੇ ਕਰਾਇਆ, ਉਹ ਤਸੱਲੀ ਕਰਾਤੀ ਵੀ ਇੱਕ ਪਾਸਿਓਂ ਭੁੱਗੀ ਭਾਜੀ ਨੂੰ ਕਹਿ ਤਾ, ਇੱਕ ਪਾਸਿਓਂ ਆਪ ਫੜ ਲਿਆ, ਅਤੇ ਫੜ ਕੇ ਆਪਾਂ ਵਾਟਾਂ ਨਹੀਂ ਚੜਾਉਂਦੇ ਹੁੰਦੇ, ਕੱਪੜੇ ਸੁਕਾਉਣੇ ਹੁੰਦੇ ਆ, ਨਿਚੋੜ ਕੇ ਰੱਖਤਾ ਮੈਨੂੰ। ਅਰਦਾਸ ਸਰਬਤ ਦੇ ਭਲੇ ਦੀ ਪਹਿਲੀ ਅਰਦਾਸ 'ਚ ਵੀ ਸੀਗਾ ਮੈਂ, ਅਤੇ ਉਹਦੇ 'ਚ ਕਰੈਕਟਰ ਮੇਰਾ ਸੀਗਾ, ਅਤੇ ਉਹ ਮੈਂ ਹੰਬਲ ਦੀ ਪਹਿਲੀ ਫਿਲਮ ਕੀਤੀ ਸੀਗੀ, ਅਤੇ ਉਹਦੇ ਉਦੋਂ ਬਾਅਦ ਤਾਂ ਫਿਰ ਚਲੋ ਜਿੱਥੇ ਵੀ ਜਿਵੇਂ ਵੀ ਹੁੰਦਾ ਮੈਨੂੰ ਮੌਕਾ ਮਿਲਦਾ ਹੀ ਰਹਿੰਦਾ। ਇਹ ਅਰਦਾਸ ਦੀ ਜਦੋਂ ਗੱਲ ਹੋਈ ਤਾਂ ਮੈਨੂੰ ਬਾਈ ਜੀ ਦਾ ਮੈਸੇਜ ਆਇਆ, ਕਿੱਥੇ ਹੈ? ਮੈਂ ਕਿਹਾ ਜੀ ਇੱਥੇ ਹੀ ਹਾਂ, ਮੈਂ ਮੁਹਾਲੀ ਹਾਂ, ਆਫਿਸ ਆ ਜਾ। ਮੈਂ ਉੱਥੋਂ ਆਇਆ ਅਤੇ ਬਾਈ ਕਹਿੰਦੇ ਵੀ ਤੇਰੀ ਤੂੰ ਕਹਿੰਦਾ ਹੁੰਦਾ ਵੀ ਜਿੱਦੇ ਮੈਂ ਸੰਤੁਸ਼ਟ ਹੋ ਗਿਆ ਵੀ ਉਦੋਂ ਬਾਅਦ ਫਿਰ ਕੰਮ ਦਿਓ ਹੋ ਜਾਂਦਾ, ਲੈ ਵੀ ਤਿਆਰ ਹੋ ਜਾ। ਮੈਂ ਸਿੰਪਲੀ ਗੱਲ ਰਹੀ, ਮੈਂ ਕਿਹਾ ਵੀ ਠੀਕ ਹੈ ਜੀ, ਹਾਂਜੀ ਤੈਨੂੰ ਤੇਰਾ ਕਰੈਕਟਰ ਸੁਣਾਉਣਾ। ਕਰੈਕਟਰ ਸੁਣਾ ਤਾ, ਫਿਲਮ ਕਰ ਲਈ, ਮੈਂ ਗਿਆ ਡਬਿੰਗ ਕਰਨਾ। ਮੈਨੂੰ ਲੱਗਦਾ ਮੇਰੇ 6-7 ਡਾਇਲੋਗ ਆ, 8 ਡਾਇਲੋਗ ਆ, ਉਹ 2 ਦਿਨਾਂ 'ਚ ਕੀਤੀ ਆ ਮੈਂ ਉਹ ਡਬ ਜੀ। ਅੱਛਾ ਹਾਂ, ਮੈਨੂੰ ਸਾਰੇ ਕਹਿੰਦੇ ਹੁੰਦੇ ਵੀ ਇਹ ਬੜੀ ਛੇਤੀ ਕਰ ਜਾਂਦਾ, ਬੜੀ ਛੇਤੀ ਕਰ ਜਾਂਦਾ, ਅਤੇ ਉਹ 8 ਡਾਇਲੋਗ ਮੇਰੇ ਤੋਂ 2 ਦਿਨਾਂ 'ਚ ਹੋਏ। ਕਾਰਨ? ਕਾਰਨ ਬਸ ਦੇਖ ਕੇ ਹੀ ਪਤਾ ਲੱਗਣਾ। ਹਾਂ ਵੀ ਉਹ ਬਾਈ ਮੈਨੂੰ ਕਹਿੰਦੇ ਸੀ ਵੀ ਤੇਰੀ ਜ਼ਿੰਦਗੀ ਦਾ ਵਾਰਨਿੰਗ ਮਿਲੇ, ਵੀ ਕਿਹਾ ਸੀ ਵੀ ਇਹਦੀ ਜ਼ਿੰਦਗੀ ਦਾ ਖਤਰਨਾਕ ਕਰੈਕਟਰ ਆ, ਔਰ ਉਹ ਸੱਚੀ ਵੀ ਉਹ ਉਦੋਂ ਬਾਅਦ ਮੈਨੂੰ ਨਹੀਂ ਲੱਗਦਾ ਵੀ ਹੋਰ ਕੋਈ ਇਦੋਂ ਵੱਡਾ ਕੋਈ ਕਰੈਕਟਰ ਕਰ ਪਾਉਂਦਾ। ਮੈਂ ਪੰਮੇ ਪੁੰਮੇ ਵਰਗੇ ਤਾਂ ਚੱਲਦੇ ਹੀ ਰਹਿਣੇ, ਪਰ ਉਹ ਜੋ ਇਹ ਕਰੈਕਟਰ ਹੈ ਜੋ ਇਹ ਬਾਈ ਜੀ ਨੇ ਕਰਾਇਆ, ਉਹ ਤਸੱਲੀ ਕਰਾਤੀ ਵੀ ਇੱਕ ਪਾਸਿਓਂ ਭੁੱਗੀ ਭਾਜੀ ਨੂੰ ਕਹਿ ਤਾ, ਇੱਕ ਪਾਸਿਓਂ ਆਪ ਫੜ ਲਿਆ, ਅਤੇ ਫੜ ਕੇ ਆਪਾਂ ਵਾਟਾਂ ਨਹੀਂ ਚੜਾਉਂਦੇ ਹੁੰਦੇ, ਕੱਪੜੇ ਸੁਕਾਉਣੇ ਹੁੰਦੇ ਆ, ਨਿਚੋੜ ਕੇ ਰੱਖਤਾ ਮੈਨੂੰ। ਸਾਰੀ ਕਲਾਕਾਰੀ ਨਿਚੋੜਤੀ, ਕਹਿੰਦੇ ਹੁਣ ਕੱਢ, ਕਿੱਥੇ ਐਕਟਿੰਗ ਤੇਰੇ ਕੋਲੇ, ਕੱਢ ਹੁਣ। ਹੋਇਆ ਵਾ ਕਿਆ ਬਾਤ ਹੈ, ਮਤਲਬ ਸਵਾਦ ਵੀ ਇਸੇ ਤਰ੍ਹਾਂ ਹੀ ਆਉਂਦਾ ਕਿ ਜਦੋਂ ਉਹ ਕੰਮ ਵੀ ਕਰਵਾ ਲਿਆ ਜਾਵੇ ਜਿਹਦੇ ਲਈ ਬੰਦਾ ਤਿਆਰ ਨਾ ਹੋਵੇ ਅਤੇ ਖੁੱਬਣਾ ਹੋਵੇ। ਬਿਲਕੁਲ ਬਿਲਕੁਲ, ਮੈਨੂੰ ਹੁਣ ਵੀ ਯਾਦ ਆ, ਬੱਸ ਦੇ ਵਿੱਚ ਸੀਗਾ ਇੱਕ ਸ਼ੋਰਟ ਗੁੜੀਆ ਆਉਂਦੀ ਆ, ਉਹ ਮੈਨੂੰ ਨਾ ਪਿੰਨੀ ਫੜਾਉਂਦੀ, ਅਤੇ ਉਹਦਾ ਪਿਓ ਲੜ ਪੈਂਦਾ ਵੀ ਤੂੰ ਇਹਦੇ ਕੋਲ ਪਿੰਨੀ ਕਿਉਂ ਦਿੱਤੀ, ਔਰ ਉਹ ਮੈਂ ਐਂ ਫੜ ਕੇ ਅਤੇ ਐਂ ਝਾਕ ਪਿਆ, ਦੁਬਾਰਾ ਇੱਧਰ ਕੈਮਰਾ ਲੱਗਿਆ, ਇੱਧਰਲੇ ਪਾਸੇ ਸ਼ੀਸ਼ੇ 'ਚ ਲੱਗਿਆ, ਮੈਂ ਕਿਹਾ ਵੀ ਹੋ ਗਿਆ ਛੱਡ ਬਹਿ ਗਏ। ਬਾਈ ਮੈਨੂੰ ਅੱਗੋਂ ਬੈਠੇ, ਕਿਉਂਕਿ ਰੋਲ ਵੀ ਕਰ ਰਹੇ ਸੀ, ਮੈਨੂੰ ਐਂ ਕਰਕੇ, ਤਾਂ ਮੈਂ ਹਾਂਜੀ, ਕਹਿੰਦੇ ਨਹੀਂ ਦੰਦੀ ਵੱਢ ਕੇ ਇੱਧਰ ਨੂੰ ਜਾ ਕੇ ਪਿੰਨੀ ਨੂੰ, ਔਰ ਪਹਿਲਾਂ ਮੇਰੇ ਅੱਖ 'ਚ ਭੋਰਾ ਵੀ ਹੰਝੂ ਜਾਂ ਕੁਛ ਨਹੀਂ ਸੀ, ਮੈਂ ਕਰਕੇ ਐਂ ਜਾ ਕੇ, ਉਹ ਪਤਾ ਨਹੀਂ ਕੀ ਗੱਲ ਸੀ ਜਾਂ ਇਹਨਾਂ ਨੇ ਕੀ ਸੋਚ ਕੇ ਕਿਹਾ,
ਬਲਜੀਤ ਭਾਅ ਜੀ ਨੇ ਲਿਆ ਕੇ ਕਹਿੰਦੇ ਮੈਂ ਇੱਥੇ ਲਾਊਂਗਾ ਕੈਮਰਾ, ਉਹ ਇੱਧਰ ਬਾਹਰ ਦੀ ਲੱਗਿਆ, ਉਹ ਮੇਰਾ ਪੂਰਾ ਟਾਈਟ ਲੱਗਿਆ ਹੋਇਆ। ਮੈਂ ਜਦੋਂ ਹੀ ਉਹ ਦੰਦੀ ਵੱਢ ਕੇ ਐਂ ਕਰਕੇ ਐਂ ਝਾਕਿਆ ਤੇ ਵੀ ਉਹਨਾਂ ਚੇਤ ਰਿਹਾ ਮੈਂ ਹੌਲੀ ਹੌਲੀ, ਅਤੇ ਪਤਾ ਹੀ ਨਹੀਂ ਕਿੱਥੋਂ ਹੰਝੂ ਆਈ ਜਾਂਦੇ ਆ ਕੀ, ਅਤੇ ਬਾਈ ਕਹਿੰਦੇ ਹੁਣ ਬਣੀ ਹੈ ਗੱਲ ਵੀ ਇੰਨੀ ਨਿੱਕੀ ਨਿੱਕੀ ਗੱਲ 'ਤੇ ਕੰਮ ਹੋਇਆ, ਇੰਨਾ ਸਵਾਦ ਆਇਆ, ਇੰਨਾ ਮਜ਼ਾ ਆਇਆ, ਬਾ ਪੁੱਛੋ ਨਾ ਨਜ਼ਾਰੇ ਹੀ ਲਏ ਆ। ਬਹੁਤ ਖੂਬ।